ਸਤਿ ਸ਼੍ਰੀ ਅਕਾਲ, ਮੈਂ ਸਮਿਤ ਸਿੰਘ। ਮੈਂ ਹਮੇਸ਼ਾ ਤੋਂ ਹੀ ਸਾਂਝੀ ਸਿੱਖਿਆ ਦੇ ਕੰਮ ਨੂੰ ਲੈ ਕੇ ਬੜਾ ਹੀ ਇੰਸਪਾਇਰਡ ਰਹਿਣਾ, ਅਤੇ ਮੈਂ ਓਵਰ ਦਾ ਈਅਰਸ ਦੇਖਦਾ ਆਇਆ ਕਿ ਜਿਸ ਤਰ੍ਹਾਂ ਸਾਂਝੀ ਸਿੱਖਿਆ ਡਿਵੈਲਪ ਕੀਤੀ ਹੈ, ਜਿਸ ਤਰ੍ਹਾਂ ਸਾਂਝੀ ਸਿੱਖਿਆ ਦੀ ਵਿਚਾਰਧਾਰਾ ਹੈ, ਜਿਸ ਤਰ੍ਹਾਂ ਜੋ ਪੰਜਾਬ ਦੇ ਯੁਵਾ ਸਾਂਝੀ ਸਿੱਖਿਆ ਨਾਲ ਜੁੜਦੇ ਨੇ, ਜੋ ਪਿੰਡਾਂ ਪਿੰਡਾਂ ਜਾ ਕੇ ਕੰਮ ਕਰਦੇ ਨੇ, ਅਤੇ ਮੈਂ ਪਰਸਨਲੀ ਜਦ ਵੀ ਮੈਨੂੰ ਮੌਕਾ ਮਿਲਦਾ ਮੈਂ ਆ ਕੇ ਇਵੈਂਟ ਜੁੜਦਾ। ਜਿਵੇਂ ਅੱਜ ਆਇਆ ਤਾਂ ਮੈਨੂੰ ਬੜਾ ਹੀ ਇੰਸਪਾਇਰਿੰਗ ਫੀਲ ਹੁੰਦਾ, ਮੈਨੂੰ ਫੀਲ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਯੂਥ ਹੈ ਜੋ ਆਪਣੀ ਜੀਵਨ ਨੂੰ ਪੰਜਾਬ ਨੂੰ ਦਾਨ ਦੇਣਾ ਚਾਹੁੰਦਾ, ਜੋ ਆਪਣੇ ਜੀਵਨ 'ਚ ਪੰਜਾਬ ਦਾ ਕੋਈ ਭਲਾ ਕਰਨਾ ਚਾਹੁੰਦਾ। ਅਤੇ ਸਾਂਝੀ ਸਿੱਖਿਆ ਜਿਹੜਾ ਇਹ ਮਿਸ਼ਨ ਹੈ ਪੰਜਾਬ ਵਿੱਚ ਇਸ ਯੂਥ ਨੂੰ ਜੋੜ ਕੇ ਇੱਕ ਚੇਂਜ ਲਿਆਉਣ ਦਾ, ਉਹ ਮੈਨੂੰ ਬੜਾ ਪਰਸਨਲੀ ਇੰਸਪਾਇਰ ਕਰਦਾ ਹੈ। ਅਤੇ ਮੈਂ ਬਹੁਤ ਉਮੀਦ ਕਰਦਾ ਕਿ ਜਿਹੜਾ ਰੋਪੜ ਵਾਲਾ ਫੈਲੋਸ਼ਿਪ ਹੈ ਇਹ ਬਹੁਤ ਅੱਛਾ ਜਾਏਗਾ, ਅਤੇ ਸਾਂਝੀ ਸਿੱਖਿਆ ਹੋਰ ਐਕਸਪੈਂਡ ਕਰੇਗੀ ਪੂਰੇ ਪੰਜਾਬ ਵਿੱਚ, ਅਤੇ ਹੋਰ ਪੰਜਾਬ ਦੇ ਲੋਕ ਸਾਂਝੀ ਸਿੱਖਿਆ ਨਾਲ ਜੁੜਨਗੇ। ਅਤੇ ਇਸ ਤਰ੍ਹਾਂ ਦੇ ਵਿਚਾਰਧਾਰਾ 'ਤੇ ਕੰਮ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਸੱਚੀ ਆਪਾਂ ਭਲਾ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਯੂਥ ਦੀ ਪੰਜਾਬ ਨੂੰ ਲੋੜ ਹੈ, ਅਤੇ ਮੈਂ ਬਹੁਤ ਉਮੀਦ ਕਰਦਾ ਕਿ ਹੋਏਗਾ।